ਦੀਵਾਨ ਟੋਡਰ ਮਲ ਰਸੋਈ ਸੇਵਾ ਬੂਥ ਜਲੰਧਰ ਬਾਈਪਾਸ ਚੌਂਕ ਦੇ ਵਿੱਚ ਭੋਜਨ ਸੇਵਾ ਸ਼ੁਰੂ ਹੋ ਗਈ ਹੈ। ਅੱਜ ਜਾਣੇ ਮਾਣੇ ਸਮਾਜ ਸੇਵੀ ਹਿਤੇਸ਼ ਜੱਗੀ ਜੀ ਪਹੁੰਚੇ ਨੇ। ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਜਨਮ ਦਿਨ ਦੇ ਮੌਕੇ 'ਤੇ ਉਹ ਸੰਗਤ ਦੀ ਸੇਵਾ ਸਭ ਪਰਿਵਾਰ ਕਰਨ ਆਏ ਹੈ। ਟੀ ਸੀਰੀਜ਼ ਗਾਇਕ ਬੇਟਾ ਭਾਵਿਕ ਜੱਗੀ, ਰੀਚਾ ਜੱਗੀ ਜੀ ਅਤੇ ਮਾਤਾ ਜੀ ਕਮਲੇਸ਼ ਰਾਣੀ ਜੀ ਸੇਵਾ ਕਾਰਜ ਨਿਭਾ ਰਹੇ ਨੇ ਅਤੇ ਨਾਲ ਹੀ ਸੇਵਾ ਕਾਰਜ ਅਮਿਤ ਜੈਨ ਪਹੁੰਚੇ ਨੇ ਪਕਸ਼ੀ ਸੇਵਾ ਸੁਸਾਇਟੀ ਤੋਂ ਅਤੇ ਨਾਲ ਰਸ਼ਮੀ ਜੈਨ ਜੀ ਅਤੇ ਆਦਿੱਤਿਆ ਜੈਨ ਜੀ ਪਰਿਵਾਰ ਦੇ ਬਜ਼ੁਰਗ, ਉਹਨਾਂ ਦੀ ਅੱਜ ਬਰਸੀ ਹੈ ਅਤੇ ਬਰਸੀ ਦੇ ਮੌਕੇ 'ਤੇ ਅੱਜ ਸੇਵਾ ਦੇਖੋ ਕਿਸ ਤਰ੍ਹਾਂ ਸੇਵਾ ਕਰਨ ਪਹੁੰਚੇ ਆ। ਅਤੇ ਆਹ ਦੇਖੋ ਮੈਂਗੋ ਸ਼ੇਕ ਲੈ ਕੇ ਆਏ ਆ, ਇੱਧਰ ਦੇ ਜਾਓ, ਮੈਂਗੋ ਸ਼ੇਕ ਲੈ ਕੇ ਆਏ ਆ ਬਣਾ ਕੇ ਅਤੇ ਸੰਗਤ ਨੂੰ ਦੇ ਰਹੇ ਆ। ਇੱਧਰ ਕਪੂਰ ਪਰਿਵਾਰ ਤੋਂ ਅੰਬ ਦੀ ਸੇਵਾ ਕੀਤੀ ਜਾ ਰਹੀ ਹੈ। ਬਹੁਤ ਉੱਚੇ ਭਾਵ ਦੇਖੋ ਸੰਗਤ ਦੇ, ਤਿੰਨੇ ਉੱਚੇ ਭਾਵਾਂ ਦੇ ਨਾਲ ਇਹ ਕੰਮ ਚੱਲਦਾ ਪਿਆ ਅਤੇ ਬੜੀ ਹੀ ਵਧੀਆ ਜਿਹੜੀ ਹੈ ਉਹ ਹੈਗਾ ਹੈ। ਆਰਾਮ ਨਾਲ ਬਾਈ, ਆਰਾਮ ਨਾਲ ਧੀਰੇ ਧੀਰੇ ਬਾਈ ਉੱਧਰ ਹੋ ਜੀ, ਅੱਜ ਅਤੇ ਇੱਧਰ ਆਓ ਜੀ, ਲਾਈਨ 'ਚ ਆਓ, ਲਾਈਨ 'ਚ ਬਹੁ ਜੀ, ਲਾਈਨ 'ਚ ਆਓ ਸਰ, ਇੱਧਰ ਆ ਜਾਓ ਪਲੀਜ਼, ਲਾਈਨ 'ਚ ਆ ਜਾਓ। ਅੱਜ ਸੇਵਾ ਕਾਰਡ ਚੱਲਦੇ ਪਏ ਨੇ ਅਤੇ ਹਿਤੇਸ਼ ਜੱਗੀ ਜੀ ਦਾ ਜਨਮ ਦਿਨ ਹੈ ਅਤੇ ਬੇਟਾ ਭਾਵਿਕ ਜੱਗੀ ਪਹੁੰਚੇ ਨੇ, ਟੀ ਸੀਰੀਜ਼ ਗਾਇਕ ਅਤੇ ਰੀਚਾ ਜੱਗੀ ਜੀ ਅਤੇ ਨਾਲ ਕਮਲੇਸ਼ ਰਾਣੀ ਜੀ ਮਦਰ ਅਤੇ ਸਿੰਬਲ ਨੇ, ਕੋਈ ਨਹੀਂ, ਅੱਧ ਦਿਓ ਸੰਗਤ ਨੂੰ, ਦਿਓ ਅੱਧਰ ਦਿਓ ਸੰਗਤ ਫੜਾਈਓ, ਅੱਧਰ ਸੰਗਤ ਫੜਾਈਓ, ਤੁਸੀਂ ਸੰਗਤ ਨੂੰ ਫੜਾਓ, ਕੋਈ ਨਹੀਂ ਸੰਗਤ ਨੂੰ ਦਿਓ। ਅਤੇ ਦੇਖੋ ਭਾਵ ਚੱਲਦੇ ਪਏ ਆ, ਤੁਸੀਂ ਰਾਮਤਾਰ ਜੀ ਇੱਧਰ ਆਓ, ਤੁਸੀਂ ਮਾੜਾ ਜਾਣਾ ਦਿਖਦਾ ਨਹੀਂ ਪਿਆ, ਦੇਖੋ ਬੜੀ ਹੀ ਵਧੀਆ ਸੇਵਾ ਕਾਰ ਚੱਲਦੇ ਪਏ ਨੇ। ਅੱਜ ਅਮਿਤ ਜੈਨ ਜੀ ਦੇ ਪਿਤਾ ਜੀ ਦਵਿੰਦਰ ਜੈਨ ਜੀ ਦੀ ਬਰਸੀ ਹੈ ਅਤੇ ਬਰਸੀ ਦੇ ਮੌਕੇ 'ਤੇ ਵੀ ਉਹਨਾਂ ਵੱਲੋਂ ਪਤਨੀ ਰਸ਼ਮੀ ਜੈਨ ਪਹੁੰਚੇ, ਬੇਟਾ ਆਦਿੱਤਿਆ ਜੈਨ ਸੇਵਾ ਕਾਰਜ ਕਰਦੇ ਪਏ ਨੇ। ਵੱਡੀ ਗਿਣਤੀ 'ਚ ਸੰਗਤ ਸੇਵਾ ਕਰਨ ਪਹੁੰਚੀ ਹੋਈ ਹੈ ਅਤੇ ਸੇਵਾ ਚੱਲਦੀ ਪਈ ਹੈ। ਮੈਂਗੋ ਸ਼ੇਕ ਦੇਖੋ ਬਣਾ ਕੇ ਆਦਿੱਤਿਆ ਜੈਨ ਅਤੇ ਰਸ਼ਮੀ ਜੈਨ ਜੀ ਦੇ ਰਹੇ ਨੇ। ਇੱਧਰ ਅੱਜ ਕਿੰਨਾ ਵਧੀਆ ਹੈ, ਦੀਵਾਨ ਟੋਡਰ ਮਲ ਰਸੋਈ ਦੇ ਵਿੱਚ ਜਲੰਧਰ ਬਾਈਪਾਸ ਬੂਥ ਦੇ ਵਿੱਚ ਇਹ ਸੇਵਾ ਕਾਰਜ ਚੱਲਦੇ ਨੇ। ਟੀ ਸੀਰੀਜ਼ ਗਾਇਕ ਭਾਵਿਕ ਜੱਗੀ ਦੇ ਪਿਤਾ ਜੀ ਸਮਾਜ ਸੇਵੀ ਹਿਤੇਸ਼ ਜੱਗੀ ਜੀ ਦਾ ਅੱਜ ਜਨਮ ਦਿਨ ਹੈ ਅਤੇ ਪਰਿਵਾਰ ਪੂਰਾ ਪਹੁੰਚਿਆ ਹੈ ਸੇਵਾ ਕਾਰਜ ਕਰਨ ਲਈ। ਮਦਰ ਕਮਲੇਸ਼ ਜੀ ਅਤੇ ਰੀਚਾ ਜੱਗੀ ਜੀ ਪਹੁੰਚੇ ਨੇ, ਸੇਵਾ ਘਰ ਚੱਲਦੇ ਪਏ ਨੇ ਅਤੇ ਦੇਖੋ ਕਿੱਡੇ ਭਾਵ ਹੈ, ਭਾਵ ਦੇ ਵਿੱਚ ਕੰਮ ਚੱਲਦਾ ਪਿਆ। ਜਲੰਧਰ ਬਾਈਪਾਸ ਚੌਂਕ ਦੇ ਦੁਕਾਨਦਾਰ ਹਰੀਸ਼ ਕਪੂਰ ਜੀ, ਬਲਰਾਜ ਖੰਨਾ ਜੀ ਅਤੇ ਵਿਕਾਸ ਕਪੂਰ ਜੀ ਸੇਵਾ ਕਾਰਜ ਨਿਭਾ ਰਹੇ ਨੇ ਅਤੇ ਇਹ ਸੇਵਾ ਕਾਰਜ ਚੱਲਦੇ ਪਏ ਨੇ। ਦੇਖੋ ਕਿੰਨੇ ਸ਼ਾਨਦਾਰ, ਕਿੰਨੇ ਵਧੀਆ ਤਰੀਕੇ ਦੇ ਨਾਲ ਦੇਖੋ ਮੈਂਗੋ ਸ਼ੇਕ ਦਾ ਲੰਗਰ ਚੱਲਦਾ ਪਿਆ ਹੈ। ਵੱਡੀ ਗਿਣਤੀ ਦੇ ਸੰਗਤ ਸੇਵਾ ਚਲਾ ਰਹੀ ਹੈ
ਸੰਗਤ ਦੀ ਸੇਵਾ ਲੈਂਦੀ ਹੈ, ਸੰਗਤ ਦੀ ਸੇਵਾ ਕਰਦੀ ਹੈ ਅਤੇ ਰੋਜ਼ਾਨਾ 1 ਵਜੇ ਇਹ ਸੇਵਾ ਕਾਰਜ ਸ਼ੁਰੂ ਹੋ ਜਾਂਦੇ ਹੈ। ਸੇਵਾ ਸੰਗਤ ਲੈਂਦੀ ਪਈ ਹੈ, ਸੰਗਤ ਦੀ ਸੇਵਾ ਕਰਦੀ ਪਈ ਹੈ। ਵੱਡੀ ਗਿਣਤੀ 'ਚ ਸੰਗਤ ਸੇਵਾ ਲੈਣ ਆਉਂਦੀ ਹੈ, ਸੰਗਤ ਸੇਵਾ ਕਰਦੀ ਹੈ, ਸੰਗਤ ਦੀ ਸੇਵਾ ਕਰਦੀ ਹੈ, ਸੰਗਤ ਸੇਵਾ ਕਰਾਉਂਦੀ ਹੈ। ਅਤੇ ਅੱਜ ਪਹੁੰਚੀ ਹੋਈ ਹੈ ਸੰਗਤ, ਦੇਖੋ ਜੱਗੀ ਪਰਿਵਾਰ ਪੂਰਾ ਸੇਵਾ ਕਾਰਜ ਲੱਗਾ ਹੈ। ਹਿਤੇਸ਼ ਜੱਗੀ ਜੀ ਦੀ ਅੱਜ ਆਦਿਓ ਜੀ, ਹਿਤੇਸ਼ ਜੱਗੀ ਜੀ ਦਾ ਜਨਮ ਦਿਨ ਹੈ ਅਤੇ ਬੇਟਾ ਭਾਵਿਕ ਜੱਗੀ, ਰੀਸ਼ਾ ਜੱਗੀ ਜੀ ਅਤੇ ਕਮਲੇਸ਼ ਰਾਣੀ ਜੀ ਸੇਵਾ ਕਾਰਜ ਨਿਭਾ ਰਹੇ ਨੇ। ਅਤੇ ਅੱਜ ਬੜੇ ਹੀ ਵਧੀਆ ਤਰੀਕੇ ਨਾਲ ਦੇਖੋ ਭੋਜਨ ਸੇਵਾ ਚੱਲਦੀ ਪਈ ਹੈ। ਅਤੇ ਅੱਜ ਅਮਿਤ ਜੈਨ ਜੀ ਪਕਸ਼ੀ ਸੇਵਾ ਸੁਸਾਇਟੀ ਤੋਂ, ਅਮਿਤ ਜੈਨ ਜੀ ਅੱਜ ਲਾਈਨ 'ਚ ਆ ਜਾਓ ਸਰ, ਇੱਧਰ ਆ ਜਾਓ ਲਾਈਨ 'ਚ ਆ ਜਾਓ ਸਰ, ਪਲੀਜ਼ ਇੱਧਰ ਆ ਜਾਓ, ਸਾਈਡ 'ਤੇ ਆ ਜਾਓ, ਸਾਈਡ 'ਤੇ ਆ ਜਾਓ, ਸਾਈਡ 'ਤੇ ਇੱਕ ਸਾਈਡ ਆ ਜਾਓ। ਵਿਵਸਥਾ ਬਣਾਈ ਰੱਖੋ ਪਲੀਜ਼, ਥੋੜ੍ਹਾ ਵਿਵਸਥਾ ਬਣਾਈ ਰੱਖੋ, ਵਿਵਸਥਾ ਦੇ ਨਾਲ ਹੀ ਆ ਸਰ, ਆ ਜਾਓ ਸਰ ਪਲੀਜ਼, ਵਿਵਸਥਾ 'ਚ ਆ ਜਾਓ, ਵਿਵਸਥਾ 'ਚ। ਜੈ ਸ਼੍ਰੀ ਰਾਮ। ਕੋਈ ਨਹੀਂ ਕੋਈ ਨਹੀਂ, ਜੈ ਹੋ। ਅੱਜ ਬੜੇ ਹੀ ਭਾਵ ਚੱਲਦੇ ਪਏ ਨੇ, ਅਦਿੱਤੇ ਨੂੰ ਖੜਾ ਕਰਦੇ ਨੇ, ਥੋੜ੍ਹੀ ਫੋਟੋ ਬਾਅਦ 'ਚ ਕਰ ਲਈ। ਅਤੇ ਅੱਜ ਅਮਿਤ ਜੈਨ ਜੀ ਦੇ ਪਿਤਾ ਜੀ ਦਵਿੰਦਰ ਕੁਮਾਰ ਜੈਨ ਜੀ ਦੀ 20ਵੀਂ ਵਰਸੀ ਹੈ, ਉਹਨੇ ਮੌਕੇ 'ਤੇ ਪਰਿਵਾਰ ਜੈਨ ਪਰਿਵਾਰ ਪਹੁੰਚਿਆ ਹੈ। ਰਸ਼ਮੀ ਜੈਨ ਜੀ, ਅਦਿੱਤੇ ਜੈਨ ਜੀ ਸੇਵਾ ਕਾਰਜ ਚੱਲਦੇ ਪਏ ਨੇ। ਦੇਖੋ ਬੜੀ ਹੀ ਵੱਡੀ ਗਿਣਤੀ 'ਚ ਸੰਗਤ ਸੇਵਾ ਕਰਨ ਆਉਂਦੀ ਹੈ। ਅੱਜ ਫਰੂਟ, ਪਾਣੀ, ਭੋਜਨ ਅਤੇ ਮੈਂਗੋ ਸ਼ੇਕ ਦੇਖੋ ਬੰਦਾ ਪਿਆ, ਬੜੇ ਹੀ ਭਾਵ ਦੇ ਨਾਲ ਸੇਵਾ ਚੱਲਦੀ ਪਈ ਹੈ। ਅਤੇ ਨਾਲ ਰਵਿੰਦਰ ਬਾਈਪਾ ਚੌਂਕ ਦੇ ਦੁਕਾਨਦਾਰ ਸਾਰੇ ਸੇਵਾ ਕਰਾ ਰਹੇ ਨੇ। ਇਹ ਅੱਜ ਹਿਤੇਸ਼ ਜੱਗੀ ਜੀ ਦਾ ਜਨਮ ਦਿਨ ਹੈ, ਸਮਾਜ ਸੇਵੀ, ਉਹਨਾਂ ਦੇ ਬੇਟਾ ਭਾਵਿਕ ਜੱਗੀ ਟੀ ਸੀ ਵਿੱਚ ਗਾਇਕ ਸੇਵਾ ਕਰਨ ਨੂੰ ਆ ਰਹੇ, ਨਾਲ ਮਾਤਾ ਜੀ ਰੀਚਾ ਜੱਗੀ ਜੀ ਅਤੇ ਉਮੇਸ਼ ਜੀ, ਮਾਤਾ ਜੀ ਸੇਵਾ ਕਾਰਜ ਨਿਭਾ ਰਹੇ ਨੇ। ਨਾਲ ਬੱਚੇ ਛੋਟੇ ਛੋਟੇ ਦੇਖੋ ਕਿੱਦਾਂ ਪਾਣੀ ਦੀ ਸੇਵਾ, ਠੰਡੇ ਪਾਣੀ ਦੀ ਗਰਮੀ ਵਿੱਚ ਸੇਵਾ ਕਰਵਾ ਰਹੇ ਨੇ। ਬੜਾ ਹੀ ਆ ਜਾਓ ਭੋਜਨ ਲਓ, ਸੇਵਾ ਕਾਰਜ ਚੱਲਦੇ ਪਏ ਨੇ। ਅਤੇ ਆ ਜਾਓ ਭੋਜਨ ਸੇਵਾ, ਠੰਡਾ ਪਾਣੀ, ਠੰਡੇ ਪਾਣੀ ਦੀ ਸੇਵਾ, ਭੋਜਨ ਦੀ ਸੇਵਾ, ਆ ਜਾਓ ਜੀ ਭੋਜਨ ਸੇਵਾ, ਠੰਡੇ ਪਾਣੀ ਸੇਵਾ, ਆ ਜਾਓ ਭੋਜਨ ਸੇਵਾ, ਠੰਡੇ ਪਾਣੀ ਸੇਵਾ, ਲੰਗਰ ਪ੍ਰਸਾਦ, ਭੋਜਨ ਪ੍ਰਸਾਦ, ਆ ਜਾਓ ਜੀ ਭੋਜਨ ਪ੍ਰਸਾਦ, ਲੰਗਰ ਪ੍ਰਸਾਦ, ਭੋਜਨ ਪ੍ਰਸਾਦ, ਆ ਜਾਓ, ਠੰਡਾ ਪਾਣੀ ਲੈਣਾ, ਭੋਜਨ ਲੈ ਲਓ ਸਰ, ਆ ਜਾਓ ਭੋਜਨ ਪ੍ਰਸਾਦ, ਠੰਡਾ ਪਾਣੀ, ਭੋਜਨ ਪ੍ਰਸਾਦ,
ਆਜੋ ਸੇਵਾ ਸੇਵਾ ਠੰਡਾ ਪਾਣੀ ਭੋਜਨ ਪ੍ਰਸ਼ਾਦ। ਦੀਵਾਨ ਟੋਡਰ ਮਨਸੋਈ ਵੱਲੋਂ ਇਹ ਬੂਥ ਸਥਾਪਿਤ ਕੀਤਾ ਗਿਆ ਜਿੱਥੇ ਅੱਜ ਜੱਗੀ ਪਰਿਵਾਰ ਅਤੇ ਜੈਨ ਪਰਿਵਾਰ ਸੇਵਾ ਨਿਭਾ ਰਹੇ ਨੇ ਅਤੇ ਰੋਜ਼ਾਨਾ ਇੱਥੇ ਸੇਵਾ ਕਾਰਜ ਚੱਲਦੇ ਨੇ ਅਤੇ ਮੈਂਗੋ ਸ਼ੇਕ ਦਾ ਅੱਜ ਪੂਰਾ ਲੰਗਰ ਸੇਵਾ ਕੀਤੀ ਗਈ ਹੈ। ਬਹੁਤ ਹੀ ਆਨੰਦਮਈ ਸੇਵਾ, ਦੇਖੋ ਪਰਿਵਾਰ ਦੀ ਭਾਵਨਾ ਹੈ ਜੈਨ ਪਰਿਵਾਰ ਦੀ। ਅੱਜ ਅਮਿਤ ਜੈਨ ਜੀ ਦੇ ਪਿਤਾ ਜੀ ਦਵਿੰਦਰ ਜੈਨ ਜੀ ਦੇ ਅੱਜ 20ਵੀਂ ਬਰਸੀ ਹੈ, ਉਹਦੇ ਮੌਕੇ 'ਤੇ ਜੈਨ ਪਰਿਵਾਰ ਸੇਵਾ ਕਰਵਾਇਆ। ਅਮਿਤ ਜੈਨ ਜੀ, ਰਸ਼ਮੀ ਜੈਨ ਜੀ, ਆਦਿੱਤਿਆ ਜੈਨ ਜੀ ਅਤੇ ਸੇਵਾ ਕਾਰਜ ਨਿਭਾ ਰਹੇ ਨੇ ਅਤੇ ਬਹੁਤ ਹੀ ਵਧੀਆ। ਅੱਜ ਦੇਖੋ ਇੱਧਰੋਂ ਜੱਗੀ ਪਰਿਵਾਰ ਸੇਵਾ ਕਰਦੇ ਪਏ ਨੇ, ਸੰਗਤ ਨੂੰ ਪੂਰੀ ਸੇਵਾ ਕਾਰਜ ਚੱਲਦੇ ਪਏ ਨੇ। ਅੱਜ ਹਿਤੇਸ਼ ਜੱਗੀ ਦਾ ਜਨਮ ਦਿਨ ਹੈ ਅਤੇ ਸੇਵਾ ਕਾਰਜ ਚੱਲਦੇ ਪਏ ਨੇ। ਆ ਜਾ ਭੋਜਨ ਸੇਵਾ, ਭੋਜਨ ਸੇਵਾ, ਭੋਜਨ ਸੇਵਾ, ਭੋਜਨ ਸੇਵਾ, ਠੰਡੇ ਪਾਣੀ ਸੇਵਾ, ਭੋਜਨ ਸੇਵਾ। ਆ ਜਾ ਭੋਜਨ ਸੇਵਾ, ਭੋਜਨ ਸੇਵਾ, ਠੰਡੇ ਪਾਣੀ ਸੇਵਾ, ਭੋਜਨ ਸੇਵਾ। ਆ ਜਾ ਭੋਜਨ ਸੇਵਾ, ਠੰਡੇ ਪਾਣੀ ਸੇਵਾ, ਠੰਡੇ ਪਾਣੀ ਸੇਵਾ, ਭੋਜਨ ਸੇਵਾ। ਅੱਜ ਹਿਤੇਸ਼ ਜੀ ਥੋੜਾ ਵਿਚਾਰ ਦਿਓ, ਅੱਜ ਆਏ ਸੀ। ਅੱਜ ਅਸੀਂ ਜਾਗ੍ਰਿਤੀ ਲਹਿਰ ਦੇ ਆਫਿਸ ਟੋਡਰਵਾਲ ਸੇਵਾ, ਜਿੱਥੇ ਕਿ ਰੋਜ਼ ਸੇਵਾ ਕੀਤੀ ਜਾਂਦੀ ਹੈ ਲੰਗਰ ਦੀ, ਅਤੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਵਾਹਿਗੁਰੂ ਕਾ। ਅੱਜ ਮੇਰੇ ਜਨਮ ਦਿਨ ਦੇ ਉਪਲਕਸ਼ 'ਤੇ ਅੱਜ ਅਸੀਂ ਇਹ ਸੇਵਾ ਕਰ ਰਹੇ ਹਾਂ ਮਹਾਰਾਜ, ਔਰ ਸਾਨੂੰ ਇਹਨਾਂ ਨੇ ਮੌਕਾ ਦਿੱਤਾ। ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਮਹਾਰਾਜ, ਔਰ ਮੈਂ ਇੱਦਾਂ ਹੀ ਕਹਿੰਦਾ ਕਿ ਨਿਰੰਤਰ ਇਹ ਜਿਹੜਾ ਕਾਰਜ ਹੈ ਇਸਦੇ ਚੱਲਦਾ ਰਹੇ ਔਰ ਗਰੀਬਾਂ ਦੀ ਸੇਵਾ ਹੁੰਦੀ ਰਹੇ। ਬਹੁਤ ਧੰਨਵਾਦ, ਬਹੁਤ ਧੰਨਵਾਦ। ਹਾਂਜੀ ਪਾਵਕ ਜੀ, ਅੱਜ ਆਏ ਹੋ, ਜੈ ਮਾਤਾ ਜੀ। ਅੱਛਾ ਲਗਾ ਆਜ ਸੇਵਾ ਕਰਕੇ, ਔਰ ਇਤਨੀ ਗਰਮੀ ਮੇ ਲੋਕੋ ਕੀ ਸੇਵਾ ਕਰਨੀ, ਜਾਗ੍ਰਿਤੀ ਲਹਿਰ ਕੀ ਪੂਰੀ ਰੂਪ ਸੇ ਕਰਵਾਈ ਜਾ ਰਹੀ ਹੈ, ਪਰਮਾਤਮਾ ਕਰਤਾ ਹੈ। ਮੈਂ ਬਹੁਤ ਮਤਲਬ ਕੀ ਪ੍ਰੇਸ ਕਰਤਾ ਹੂੰ ਕਿ ਹਾਂ ਇਤਨਾ ਅੱਛਾ ਕਾਮ ਹੈ ਕਰ ਰਹੇ ਹੈ, ਔਰ ਆਜ ਹਾਂਜੀ ਬਸ ਹੈਲੋ ਜੈ ਸ਼੍ਰੀ ਰਾਮ ਹੈਲੋ, ਬਹੁਤ ਧੰਨਵਾਦ, ਬਹੁਤ ਹਾਂਜੀ। ਅੱਛਾ ਜੀ ਆਪ ਵੀ ਬਤਾਈਏ ਕੁਛ। ਗੁਰੂ ਜੀ ਬਹੁਤ ਅੱਛਾ ਲੱਗਾ, ਫਸਟ ਟਾਈਮ ਤੇ ਆਏ ਹਾਂ, ਹਾਂ ਰੋਟੀ ਖਾ ਲਈ, ਮੈਂ ਕੁਛ ਡਮ ਨਹੀਂ ਲਿਆ। ਜੋ ਇਹ ਕਹਿੰਦੇ ਨਾ ਅੰਨਦਾਨ ਦਾ ਦਾਨ ਹੋਤਾ ਹੈ, ਉਹ ਦਾਨ ਮੈਂ ਦੇਖ ਰਹੀ ਹੂੰ ਯਹਾਂ ਪੇ ਕਿ ਹਮ ਲੋਗ ਘਰੋਂ ਮੇ ਇੱਕ ਦੂਸਰੇ ਕੋ ਬਰਥਡੇ ਕੀ ਪਾਰਟੀਜ਼ ਦਿੱਤੇ ਹੈ, ਬਾਹਰ ਰੈਸਟੋਰੈਂਟ ਮੇ ਪੈਸੇ ਲਗਾਤੇ ਹੈ, ਲੇਕਿਨ ਇਹ ਸੇਵਾ ਹੈ। ਸੋ ਜੀ ਅੰਦੇ ਗਰੀਬੋ ਕਾ ਭਲਾ ਹੁਆ, ਕਿਤੇ ਗਰੀਬੋ ਕਾ ਸੇਵਾ, ਪਰਮਾਤਮਾ ਕਰਦਾ ਜੀ ਬਹੁਤ। ਦਿਓ ਜੀ ਵਿਚਾਰ ਮਾਤਾ ਜੀ ਅੱਜ ਦਿਓ, ਚਲੋ ਜੈਨ ਸਾਹਿਬ ਤੁਹਾਡੇ ਵਿਚਾਰ ਦਿਓ, ਅੱਜ ਆਏ ਹੋ ਅੱਜ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਜੀ। ਅੱਜ ਅਸੀਂ ਆਪਣੇ ਪਿਤਾ ਜੀ ਦੀ ਬਰਸੀ ਤੇ, ਉਹਨੇ ਵੀ 19 ਸਾਲ ਪੂਰੇ ਹੋ ਗਏ, ਅੱਜ 20ਵੀਂ ਬਰਸੀ ਤੇ ਅਸੀਂ ਪ੍ਰਸ਼ਾਦ ਵੰਡਣ ਆਏ ਹਾਂ। ਗੌਤਮ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਧੰਨਵਾਦ ਪਰਮਾਤਮਾ ਦਾ, ਸੇਵਾ ਹੈ ਇਹਨਾਂ ਦੀ, ਸੇਵਾ ਤੁਹਾਡੀ, ਇਹਨਾਂ ਸੇਵਾ ਲਈ ਰੱਖੇ, ਅਸੀਂ ਇਹਨਾਂ ਨਾਲ ਜੁੜੇ ਰਹੀਏ, ਸਾਡਾ ਹੀ ਬਹੁਤਾ ਕੰਮ ਹੈ ਜੀ। ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਧੰਨਵਾਦ, ਬਹੁਤ ਧੰਨਵਾਦ। ਦੇਖੋ ਸੇਵਾ ਭਾਵ ਹੈ ਜੀ, ਅੱਜ ਦੇਖੋ ਜੈਨ ਪਰਿਵਾਰ ਅਤੇ ਜੱਗੀ ਪਰਿਵਾਰ ਵੱਲੋਂ ਸੇਵਾ ਕੀਤੀ ਗਈ ਸੰਗਤ ਦੀ, ਆਪਣੇ ਆਪਣੇ ਭਾਵਾਂ ਦੇ ਨਾਲ, ਬੜੇ ਹੀ ਭਾਵ ਦੇ ਨਾਲ ਭਾਬੀ ਸਾਡੀ ਮੈਂਗੋ ਸ਼ੇਕ ਬਣਾ ਕੇ ਲਿਆ ਗਿਆ। ਹਾਂਜੀ ਕੀ ਕਹਿਣਾ ਜੀ, ਬਹੁਤ ਵਧੀਆ, ਬਹੁਤ ਵਧੀਆ। ਦੇਖੋ ਕਿੰਨੇ ਭਾਵ ਹੈ, ਦੇਣ ਵਾਲਾ ਹੱਥ ਰੱਖਿਓ ਅਤੇ ਭਾਵਾਂ ਦੇ ਨਾਲ ਹੀ ਇਹਦੇ ਚੱਲਦਾ ਕੰਮ, ਅਤੇ ਬੜਾ ਹੀ ਅੱਜ ਪਰਿਵਾਰ ਪੂਰੇ ਆਏ ਆ, ਦੇਖੋ ਸੇਵਾ ਕਾਰਜ ਚੱਲਦੇ ਪਏ ਨੇ। ਅੱਜ ਲੈ ਲਓ ਭੋਜਨ ਪ੍ਰਸ਼ਾਦ, ਲੈ ਲਓ
ਆ ਜਾਓ ਭੋਜਨ ਪ੍ਰਸ਼ਾਦ, ਭੋਜਨ ਪ੍ਰਸ਼ਾਦ, ਭੋਜਨ ਪ੍ਰਸ਼ਾਦ, ਲੰਗਰ ਪ੍ਰਸ਼ਾਦ, ਲੰਗਰ ਲੈਣਾ ਜੀ, ਕਿਸੇ ਨੇ ਲੈ ਸਕਦੇ ਜੀ, ਲੰਗਰ ਪ੍ਰਸ਼ਾਦ ਲੈ ਸਕਦੇ ਜੀ, ਆ ਜਾਓ ਭੋਜਨ ਪ੍ਰਸ਼ਾਦ, ਭੋਜਨ ਪ੍ਰਸ਼ਾਦ, ਭੋਜਨ ਪ੍ਰਸ਼ਾਦ, ਚੱਲ ਦੇ ਪਾਣੀ ਦੇ।